श्री गुरु रविदास सभा न्यू शास्त्री नगर 120 फुटी रोड जालंधर की ओर से श्री गुरु रविदास जी महाराज का 647वां प्रकाश पर्व प्रधान कैप्टन दयाराम की अध्यक्षता में बड़ी धूमधाम और हर्षोल्लास से मनाया गया। इस दौरान सर्वप्रथम रखे गए अमृतवाणी के पाठ का भोग डाला गया। इस मौके पर सांसद सुशील कुमार रिंकू और विधायक शीतल अंगुराल ने विशेष रूप से उपस्थित होकर माथा टेक आशीर्वाद प्राप्त किया, जिन्हें मंदिर प्रबंधक कमेटी की ओर से विशेष रूप से सम्मानित भी किया गया। इस मौके पर चेयरमैन चरण सिंह, उपप्रधान बचन दास, जनरल सेक्रेटरी बलविंदर बुली, कोषाध्यक्ष रामलाल, संयुक्त सचिव सतीश कुमार, वरिष्ठ एडवाइजर कमल कुमार, गुरुदेव सिंह, नरेश कुमार, डॉक्टर बलकार चंद, धर्मपाल सहित असंख्य श्रद्धालुगण भी मौजूद रहे। अंत में विशाल भंडारे का आयोजन भी किया गया। जालंधर से हलचल के लिए कैमरामैन जगमोहन की रिपोर्ट। ਅੱਜ ਨਿਊ ਸ਼ਾਸਤਰੀ ਨਗਰ ਦੇ ਗੁਰਦੁਆਰੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਸੋ ਸਾਡੇ ਪ੍ਰਧਾਨ ਮੈਂਬਰ ਦਿਆਰਾਮ ਜੀ, ਵਾਈਸ ਪ੍ਰਧਾਨ ਸਾਹਿਬ ਬਚਨਲਾਲ ਜੀ, ਸਤੀਸ਼ ਕੁਮਾਰ ਜੀ, ਗੁਰਦੇਵ ਸਿੰਘ ਜੀ, ਸਾਰੇ ਚੇਅਰਮੈਨ ਸਰਦਾਰ ਚੰਦ ਸਿੰਘ ਜੀ, ਸਾਰੇ ਜਲੰਧਰ ਮੀਡੀਆ ਵੱਲੋਂ ਅੱਜ ਅਸੀਂ ਖੁਸ਼ੀ ਦੇ ਮੌਕੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਆਪ ਸਾਰੀਆਂ ਸੰਗਤਾਂ ਨੂੰ ਦੁਨੀਆਂ ਦੇ ਬਾਲਕ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਮਹਾਰਾਜ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਪਾਤਸ਼ਾਹ ਕਹਿ ਰਹੇ ਨੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਜਿੱਥੇ ਅਸੀਂ ਬਨਾਰਸ ਦੀ ਧਰਤੀ ਦੀ ਗੱਲ ਕਰਦੇ ਹਾਂ, ਕਾਸ਼ੀ ਦੀ ਗੱਲ ਕਰਦੇ ਹਾਂ, ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਨਹੀਂ ਇਸ ਤੋਂ ਉੱਪਰ ਹੋਰ ਖਿਆਲ ਲੈ ਜਿੱਥੇ ਆਪਾਂ ਬੈਠੇ ਹਾਂ। ਹਰ ਥਾਂ ਹੀ ਰੱਬੀ ਰੂਹਾਂ ਉੱਤੇ ਤੈਨਾਤ ਹਾਜ਼ਰ ਨੇ, ਹਾਜ਼ਰ ਨਾਜ਼ਰ ਨੇ, ਜਿੱਥੇ ਜਾਏ ਪਈਏ ਭਲਾ ਕਹੀਏ। ਹਰ ਜਗ੍ਹਾ ਜਿੱਥੇ ਜਿੱਥੇ ਗੁਰੂ ਘਰ ਹਨ, ਚਾਹੇ ਉਹ ਵੈਸਟ ਹਲਕਾ, ਚਾਹੇ ਉਹ ਦੂਸਰੇ ਨਾਲ ਦੇ ਹਲਕੇ ਸੈਂਟਰਲ ਦੇ ਵਿੱਚ ਜਾਂ ਕੈਂਟ ਦੇ ਵਿੱਚ, ਕਰਤਾਰਪੁਰ ਦੇ ਵਿੱਚ, ਕਈ ਜਗ੍ਹਾ ਜਿਹੜਾ ਗੁਰੂ ਘਰਾਂ ਦੇ ਵਿੱਚ ਜਾਣ ਦਾ
ਸੁਭਾਅ ਪ੍ਰਾਪਤ ਹੋਇਆ ਔਰ ਕੱਲ੍ਹ ਫਲੋਰ ਵਿਖੇ ਗਏ ਸੀ। ਬੜੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਫਲੋਰ ਦੇ ਵਿੱਚ ਵੀ ਕੀਤਾ ਗਿਆ। ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ 'ਤੇ ਮਿਹਰ ਭਰਿਆ ਹੱਥ ਰੱਖਣ ਔਰ ਅਸੀਂ ਖੁਸ਼ੀਆਂ ਚਾਵਾਂ ਸ਼ਰਧਾ ਨਾਲ ਪਿਆਰ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਗੁਰੂਆਂ ਦੇ ਆਗਮਨ ਦਿਹਾੜੇ ਇਸੇ ਤਰ੍ਹਾਂ ਖੁਸ਼ੀ ਨਾਲ ਮਨਾਉਂਦੇ ਰਹੀਏ।